वाली है। ओ केड़ा सी पछोकड़ ते किथों सी आए सां गए सां की सी इतिहास साडा की गए सी जाए ओए फेर ना दोबारा साडी जड़ लग जाए लग जाए ओए फेर ना दोबारा साडी जड़ लग जाए लग जाए ओ साडा ताइयों लिटरेचर मुकाया जा रिया है। ओ साडियां गला च पट्टे ने गुलामी दे एजेंसियां दे सामना चलाया जा रिया है। ओ साडियां गला च पट्टे ने गुलामी दे एजेंसियां दे सामना चलाया जा रिया है। जटा का मुंडा नहीं उच्चा छे फुट तो ढिली ना करे प्यो की पी गुट तो ਰਜਿੰਦਰ ਸਿੰਘ ਸਾਲੋ ਸਰਦਾਰ ਕੁਜਿੰਦਰ ਸਿੰਘ ਗਗਨਦੀਪ ਸਿੰਘ ਸਾਲੋ ਸਰਦਾਰ ਕੈਨੇਡਾ 5000 ਰੁਪਿਆ 3300 ਰੁਪਿਆ अपने पीर बाबा मलिक शाह जी की सरकार से मेला करवाया जा रहा है पिंड जग बहलोलपुर विच। तो इस विच अपना मेला दो दिन चलता है जी। पहले दिन अपने झंडे की रस्म होंदी है, कवाल वगैरह तो नकल वगैरह कराई जांदियां, तो बाबे का लंगर पहले दिन तो ये टुत चपता है। तो अज दूसरा दिन है, इस विच
रंगारंग प्रोग्राम चलेगा तो लंगर तो चल ही रहे ने दोपहर तो ही। तो इस विच पहला गायक जो अपना पन्नू भाजी है वह गा रहे हैं, तो उस तो बाद रम्मी रंधावा तो प्रिंस रंधावा जी अपना रंगारंग प्रोग्राम पेश करेंगे। तो इस मेले में सानू अपने पिंड के एन आर आई वीरां दा बहुत ज़्यादा सहयोग है, तो अपने नगर का, तो सो मैं अपने एन आर आई वीरां दा ते नगर का बहुत ज़्यादा धन्यवादी हाँ जिहड़ा सानू बहुत ज़्यादा सहयोग करते हैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਹੜਾ ਤੁਸੀਂ ਲੰਗਰ ਲਗਾ ਰਹੇ ਹੋ ਕਾਹਦਾ ਕਾਹਦਾ ਲੰਗਰ ਲੱਗਾ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਵੀਰਾਂ ਦਾ ਸਹਿਯੋਗ ਆ ਜਿਹੜਾ ਲੰਗਰ ਦੇ ਵਿੱਚ? ਇਹ ਲੰਗਰ ਦੇਖੋ ਜੀ ਕਾਫੀ ਘਰਾਂ ਦੇ ਲੰਗਰ ਚੱਲ ਰਹੇ ਆ, ਸਾਰਿਆਂ ਨਾਂ ਲੈਣੇ ਤਾਂ ਬਹੁਤ ਜ਼ਿਆਦਾ, ਅਤੇ ਲੰਗਰ ਜਿਹੜੇ ਚੱਲ ਰਹੇ ਨੇ ਉਹਨਾਂ ਵਿੱਚ ਠੰਡਿਆਂ ਦਾ ਲੰਗਰ ਹੈ, ਆਈਸਕ੍ਰੀਮ ਦਾ ਲੰਗਰ ਹੈ, ਗੋਲ ਗੱਪਿਆਂ ਦਾ ਹੈ, ਅਤੇ ਕੌਫੀ ਦਾ ਲੰਗਰ ਚੱਲ ਰਿਹਾ, ਮਤਲਬ ਕਿ ਕਾਫੀ ਜ਼ਿਆਦਾ ਲੰਗਰ ਚੱਲ ਰਹੇ ਨੇ ਜਿਸ ਵਿੱਚ ਸੰਗਤਾਂ ਆਪਣੇ ਗਰਮੀ ਦੇ ਵਿੱਚ ਠੰਡੇ ਪੀ ਕੇ ਅਤੇ ਗਰਮੀ ਤੋਂ ਰਾਹਤ ਪ੍ਰਾਪਤ ਕਰ ਰਹੀਆਂ ਨੇ। ਬਾਬਾ ਜੀ ਦੀ ਮੇਲੇ ਦੀ ਕਿੰਨੀ ਕੁ ਖੁਸ਼ੀ ਹੈ ਤੁਹਾਨੂੰ ਅੱਜ? ਮੇਲੇ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਾਡੇ ਨਗਰ ਨੂੰ ਵੀ ਅਤੇ ਇਲਾਕੇ ਨੂੰ ਵੀ ਬਹੁਤ ਜ਼ਿਆਦਾ ਸੰਗਤਾਂ ਨੇ, ਤੁਹਾਡੇ ਸਾਹਮਣੇ ਠਾਠਾ ਮਾਰਦਾ ਇਕੱਠ ਹੈ ਬਾਬੇ ਦੇ ਮੇਲੇ ਦਾ। ਐਂਡ ਦੇ ਇਲਾਕਾ ਨਿਵਾਸੀਆਂ ਨੂੰ ਕੁਛ ਤੁਹਾਡੇ ਵੱਲੋਂ ਸੰਦੇਸ਼ ਕੋਈ? ਸੰਦੇਸ਼ ਇਹੋ ਹੈ ਜੀ, ਸੱਭਿਆਚਾਰਕ ਮੇਲੇ ਆ ਅਤੇ ਸੱਭਿਆਚਾਰਕ ਤੌਰ 'ਤੇ ਜਿੱਦਾਂ ਸੱਭਿਆਚਾਰਕ ਵਧੀਆ ਗਾਉਣ ਵਾਲੇ ਕਰਾਏ ਜਾਣ, ਜਿਹੜੇ ਆਪਣੇ ਸੱਭਿਆਚਾਰਕ ਨੂੰ ਪ੍ਰਮੋਟ ਕਰਨ, ਅਤੇ ਸ਼ਾਂਤੀ ਨਾਲ ਜਿਹੜੀ ਸੰਗਤ ਆਈ ਹੈ ਆਪਣਾ ਮੇਲਾ ਵੇਖਣ ਅਤੇ ਕੋਈ ਹੁੱਲੜਬਾਜ਼ੀ ਨਾ ਕਰਨ, ਇਹੋ ਹੀ ਸੰਦੇਸ਼ ਹੈ ਜੀ। ਹੋਰ ਲਾਸਟ 'ਚ ਮੈਂ ਆਪਣੇ ਸਾਰੇ ਨਗਰ ਦਾ ਅਤੇ ਐੱਨ ਆਰ ਆਈ ਵੀਰਾਂ ਦਾ ਇਲਾਕੇ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਸਾਡੀ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਤੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ, ਅਤੇ ਇਸੇ ਤਰ੍ਹਾਂ ਉਮੀਦ ਕਰਾਂਗਾ ਅਤੇ ਅੱਗੇ ਤੋਂ ਵੀ ਸਾਡਾ ਸਹਿਯੋਗ ਦੇਣਗੇ ਅਤੇ ਅਸੀਂ ਇਸੇ ਤਰ੍ਹਾਂ ਮੇਲਾ ਕਰਵਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।